ਹਾਂਜੀ ਵੈਰੀ ਗੁੱਡ ਈਵਨਿੰਗ ਸਟੂਡੈਂਟਸ ਸਤਿ ਸ੍ਰੀ ਅਕਾਲ ਸਾਰੇ ਨੂੰ ਜਵਾਨੋ ਤੇ ਕਮਰ ਕੱਸ ਲੋ ਮੈਨੂੰ ਲੱਗਦਾ ਤੁਸੀਂ ਕੱਸ ਵੀ ਚੁੱਕੇ ਹੋ ਤੇ ਪੰਜਾਬ ਸਰਕਾਰ ਤੁਹਾਡੇ ਵਾਸਤੇ ਨਵੇਂ-ਨਵੇਂ ਮੌਕੇ ਲੈ ਕੇ ਆ ਰਹੀ ਹੈ ਸਪੈਸ਼ਲੀ ਉਹਨਾਂ ਵਾਸਤੇ ਜਿਹੜੇ ਬਚਪਨ ਤੋਂ ਜਸੂਸ ਬਣਨ ਦੀ ਜਿਹੜੀ ਹੈ ਉਹ ਪੂਰੀ ਕੋਸ਼ਿਸ਼ ਕਰਦੇ ਹੈ ਕਿ ਅਸੀਂ ਜਸੂਸ ਲੱਗਣਾ ਹੈ ਤੇ ਪਹਿਲੇ ਸਬ ਇੰਸਪੈਕਟਰ ਦੀਆਂ ਪੋਸਟਾਂ ਆਈਆਂ ਕੌਨਸਟੇਬਲ ਦੇ ਆਈਆਂ ਹੈੱਡ ਕੌਨਸਟੇਬਲ ਦੀਆਂ ਆਈਆਂ ਤੇ ਅੱਜ ਪੰਜਾਬ ਸਰਕਾਰ ਤੁਹਾਡੇ ਵਾਸਤੇ ਪੰਜਾਬ ਪੁਲਿਸ ਜਿਹੜੀ ਹੈ ਇੰਟੈਲੀਜੈਂਸ ਅਸਿਸਟੈਂਟ ਦੀਆਂ ਜਿਹੜੀਆਂ ਪੋਸਟਾਂ ਹੈਗੀਆਂ ਕੌਨਸਟੇਬਲ ਕਾਡ ਇੱਕ ਹੋਰ ਪੋਸਟ ਲੈ ਕੇ ਆਏ ਮਤਲਬ ਤੁਹਾਡੇ ਵਾਸਤੇ ਇੱਕ ਹੋਰ ਮੌਕਾ ਤੁਹਾਡੇ ਵਾਸਤੇ ਆ ਗਿਆ ਤੇ ਅੱਜ ਦੇ ਵੀਡੀਓ ਚ ਅਸੀਂ ਪੂਰੀਆਂ ਸਾਰੀਆਂ ਗੱਲਾਂ ਦੇਖਾਂਗੇ ਕੀ ਐਲੀਜੀਬਿਲਟੀ ਹੈਗੀ ਹੈ ਕੁਆਲਿਫਿਕੇਸ਼ਨ ਕੀ ਹੈ ਐਗਜ਼ਾਮ ਪੈਟਰਨ ਕੀ ਹੈਗਾ ਠੀਕ ਹੈ ਤੇ ਧਿਆਨ ਨਾਲ ਇਸ ਵੀਡੀਓ ਨੂੰ ਦੇਖੋ ਤਾਂ ਕਿ ਕੋਈ ਡਾਊਟ ਨਾ ਰਹਿ ਜਾਵੇ ਸਭ ਤੋਂ ਪਹਿਲੇ ਜੀ ਆਪਾਂ ਇਹ ਸਾਰੀ ਮੋਟੀਵੇਸ਼ਨ ਵਾਸਤੇ ਫੋਟੋ ਆ ਦਿਖਦੇ ਰਾਵਾਂਗੇ ਹਾਂਜੀ ਵੀ ਅਸੀਂ ਆਪਣੀ ਜਿਹੜੀ ਫੋਟੋ ਇਸ ਵਾਰੀ ਇੱਥੇ ਲਵਾਣੀ ਹੈ ਤੇ ਆਪਣਾ ਵਰਦੀ ਵਰਦੀ ਦੇ ਨਾਲ ਦੋ ਸਟਾਰ ਸਿੰਗਲ ਸਟਾਰ ਜੋ ਵੀ ਹੈਗਾ ਅਸੀਂ ਜਿਹੜੇ ਕਨਸਟੇਬਲ ਲੱਗਣਾ ਹੈ ਜਾਂ ਸਬ ਇੰਸਪੈਕਟਰ ਲੱਗਣਾ ਹੈ ਤੇ ਇਸ ਕਰਕੇ ਡਟ ਕੇ ਤਿਆਰੀ ਕਰੋ ਮ ਜੇ ਹੋਰ ਬੱਚਾ ਜਿਹੜਾ ਪਹਿਲੇ ਤੋਂ ਵੀਡੀਓ ਦੇਖਦੇ ਆ ਰਹੇ ਜਿਹੜੇ ਨੋਟਸ ਨੂੰ ਲੈ ਕੇ ਕਈ ਵਾਰੀ ਡਾਊਟਫੁਲ ਰਹਿੰਦੇ ਆ ਤੇ ਪਿਛਲੇ ਵੀਡੀਓ ਚ ਵੀ ਅਸੀਂ ਦੱਸਿਆ ਕਿ ਜਿਹੜੇ ਵੀ ਪੇਪਰ ਆ ਰਹੇ ਸਾਰੇ ਬ੍ਰੈਡ ਅਕੈਡਮੀ ਦੇ ਨੋਟਸਾਂ ਵਿੱਚ ਹੀ ਆ ਰਹੇ ਤੇ ਜੋ ਕੋਈ ਬੱਚਾ ਨੋਟਸ ਲੈਣਾ ਚਾਹੁੰਦਾ ਹੈ ਤੇ 9998844220 ਵਾਲੇ ਨੰਬਰ ਤੇ ਸਾਡੇ ਦੇ ਤੁਸੀਂ ਜਿਹੜਾ ਇਹ ਵਟਸਐਪ ਕਰਕੇ ਜਿਹੜਾ ਸਾਡੇ ਤੋਂ ਤੁਸੀਂ ਨੋਟਸ ਮੰਗਵਾ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਵਿੱਚ ਹੁਣ ਦੇਖੀਏ ਸਭ ਤੋਂ ਪਹਿਲੇ ਕਿ ਚਲੋ ਜੀ ਜੇ ਕੋਈ ਕੋਚਿੰਗ ਵੀ ਜੁਆਇਨ ਕਰਨਾ ਚਾਹੁੰਦਾ ਹੈ ਆਫਲਾਈਨ ਕੋਚਿੰਗ ਵੀ ਸਟਾਰਟ ਹੋ ਚੁੱਕੀ ਹੈ ਸਾਡੀ ਸਾਰੇ ਸਾਰੀ ਬ੍ਰਾਂਚਿਜ਼ ਚ ਕੋਚਿੰਗ ਸਟਾਰਟ ਹੋ ਚੁੱਕੀ ਹੈ ਤੁਸੀਂ ਆਫਲਾਈਨ ਵੀ ਕਰ ਸਕਦੇ ਹੋ ਆਨਲਾਈਨ ਵੀ ਕਰ ਸਕਦੇ ਹੋ ਇੰਪੋਰਟੈਂਟ ਡੇਟ ਦੀ ਗੱਲ ਕਰੀਏ ਸਭ ਤੋਂ ਪਹਿਲੇ ਜਿਹੜਾ ਅੱਜ ਹੀ ਪੇਪਰ ਨਿਕਲਿਆ 26 ਜੁਲਾਈ ਨੂੰ ਇਹਦੀ ਅਪਲੀਕੇਸ਼ਨ ਜਿਹੜੀ ਹੈ ਉਹ ਪੰਜਾਬ ਪੁਲਿਸ ਦੀ ਜਿਹੜੀ ਸਾਈਟ ਹੈਗੀ ਹੈ punjabpolice.gov.in ਤੇ ਜਾ ਕੇ ਰਿਕਰੂਟਮੈਂਟ ਤੇ ਜਾ ਕੇ ਜਿੱਦਾਂ ਤੁਸੀਂ ਪਹਿਲੇ ਅਪਲਾਈ ਕਰ ਰਹੇ ਸੀਗੇ ਤੇ ਲਾਸਟ ਡੇਟ ਹੈਗੀ ਹੈ 16 ਅਗਸਤ ਹੁਣ ਜਿਹੜੇ ਬੱਚੇ ਆ ਜਿਨ੍ਹਾਂ ਦਾ ਰਿਜ਼ਲਟ ਨਹੀਂ ਆਇਆ ਫਾਈਨਲ ਇਅਰਸ ਹੈਗੇ ਉਹ ਵੇਟ ਕਰ ਲਓ 16 ਅਗਸਤ ਤੱਕ ਕਿਉਂਕਿ ਜਿਹੜੀ ਤੁਹਾਡੀ ਕੁਆਲੀਫਿਕੇਸ਼ਨ ਹੈਗੀ ਹੈ 16 ਅਗਸਤ ਨੂੰ ਕੰਪਲੀਟ ਹੋਣੀ ਚਾਹੀਦੀ ਹੈ এডਿਕੇਸ਼ਨ ਕੁਆਲੀਫਿਕੇਸ਼ਨ ਦੇ ਜਿਹੜੇ ਡਾਕੂਮੈਂਟਸ ਹੈਗੇ ਆ ਮਾਰਕਸ਼ੀਟ ਵਗੈਰਾ ਉਹ ਅਪਲੋਡ ਹੁੰਦੀ ਹੈ ਇਸ ਕਰਕੇ 16 ਅਗਸਤ ਤੱਕ ਵੇਟ ਕਰ ਲਓ ਜੇ ਤੁਸੀ ਤੁਹਾਨੂੰ ਲੱਗਦਾ ਕਿ ਤੁਹਾਡਾ ਰਿਜ਼ਲਟ ਆਣ ਵਾਲਾ ਹੈ ਉਸ ਤੋਂ ਬਾਅਦ ਨੰਬਰ ਆਫ ਪੋਸਟ ਦੀ ਗੱਲ ਕਰੀਏ ਕਾਫੀ ਪੋਸਟਾਂ ਹੈਗੀਆਂ ਜੀ ਸਭ ਤੋਂ ਪਹਿਲੇ ਇੰਟੈਲੀਜੈਂਸ ਕਾਡਰ ਦੀ ਗੱਲ ਕਰੀਏ ਇੰਟੈਲੀਜੈਂਸ ਸਿਸਟੈਂਟ ਦੀਆਂ 8 ਆਪਣਾ ਕੈਟਾਗਰੀ ਦੇ ਹਿਸਾਬ ਨਾਲ ਅਲੱਗ-ਅਲੱਗ ਪੋਸਟ ਹੈਗੀਆਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਡਿਟੇਲ ਆਪਣੀ ਕੈਟਾਗਰੀ ਚ ਦੇਖ ਸਕਦੇ ਹੋ ਸੇਮ ਜਿਹੜੀਆਂ ਇਨਵੈਸਟੀਗੇਸ਼ਨ ਕੈਡਰ ਦੀਆਂ ਜਿਹੜੀਆਂ ਪੋਸਟ ਆ ਗਈਆਂ ਉਹ 373 ਹੈਗੀਆਂ ਇਸ ਚ ਸਪੋਰਟਸ ਪਰਸਨ ਦੀਆਂ ਅਲੱਗ ਪੋਸਟਾਂ ਕੱਢੀਆਂ ਇਹਦੇ ਚ ਵੀ ਸਪੋਰਟਸ ਪਰਸਨ ਦੀਆਂ ਕੱਢੀਆਂ ਇਹਦੇ ਚ ਵੀ ਕੱਢੀਆਂ ਪਹਿਲੇ ਬੱਚੇ ਕਹਿੰਦੇ ਸੀਗੇ ਕਿ ਸਰ ਸਪੋਰਟਸ ਪਰਸਨ ਦੀਆਂ ਪੋਸਟਾਂ ਨਹੀਂ ਆ ਰਹੀਆਂ ਇਹ ਲੱਗ ਤੋਂ ਕੱਢਤੀਆਂ ਇਹਨਾਂ ਨੇ ਇਹਦੇ ਵਿੱਚ ਜਨਰਲ ਦੀਆਂ 152 ਪੋਸਟਾਂ ਹੈਗੀਆਂ ਵਿਮਨ ਨੂੰ ਵਾਸਤੇ ਜਿਹੜੀ ਅਲੱਗ ਰਿਜ਼ਰਵੇਸ਼ਨ ਹੈਗੀ ਇਹਦਾ ਵੀ ਤੁਸੀਂ ਸਕਰੀਨਸ਼ਾਟ ਲੈ ਕੇ ਜਿਹੜੀ ਏਜ ਮਿਨੀਮਮ 21 ਸਾਲ ਹੋਣੀ ਚਾਹੀਦੀ ਹੈ ਤੇ ਮੈਕਸਮ ਜਿਹੜੀ ਹੈ 28 ਸਾਲ ਹੋਣੀ ਚਾਹੀਦੀ ਹੈ ਤੇ ਏਜ ਰੈਲੈਕਸੇਸ਼ਨ ਜਿਹੜੀ ਹੈਗੀ ਹੈ ਜਿੱਦਾਂ ਬਾਕੀ ਪੇਪਰਾਂ ਚ ਹੈਗੀ ਹੈ ਐਸਸੀ ਕੈਟਾਗਰੀ ਵਾਸਤੇ ਜਾਂ ਬੈਕਵਰਡ ਕਲਾਸਿਸ ਜਿਹੜੇ ਪੰਜਾਬ ਦੇ ਹੈਗੇ ਉਹਨਾਂ ਵਾਸਤੇ ਹੈਗੀ ਹੈ ਜੀ ਤੇ ਇਹਨਾਂ ਵਾਸਤੇ 5 ਸਾਲ ਦੀ ਏਜ ਰੈਲੈਕਸੇਸ਼ਨ ਹੋਗੀ ਸਿਰਫ ਪੰਜਾਬ ਵਾਸਤੇ ਹੈ ਬਾਕੀਆਂ ਵਾਸਤੇ ਜਨਰਲ ਚ ਅਪਲਾਈ ਕਰਨਾ ਪੈਣਾ ਹੈ ਇਦਾਂ ਹੀ ਐਕਸ ਸਰਵਿਸ ਮੈਂ ਦੀ ਰੈਲੈਕਸੇਸ਼ਨ ਹੈਗੀ ਹੈ ਜੀ ਤੇ ਉਹ ਵੀ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਐਕਸ ਸਰਵਿਸ ਮੈਂ ਜਿੰਨੇ ਵੀ ਭਰਾ ਹੈਗੇ ਸਾਰੇ ਆਮ ਲਾਲ ਪੜ ਸਕਦੇ ਹੋ ਇਹਨੂੰ ਉਸ ਤੋਂ ਬਾਅਦ ਆ 16 اگست 2021 میں ਤੁਹਾਨੂੰ ਕਿਹਾ ਕਿ ਜੇ 16 اگست 2021 ਤੱਕ ਤੁਹਾਡਾ ਰਿਜ਼ਲਟ ਆਇਆ ਤਾਂ ਹੀ ਤੁਸੀਂ ਅਪਲਾਈ ਕਰ ਸਕਦੇ ਹੋ এডਿਕੇਸ਼ਨ ਕੁਆਲੀਫਿਕੇਸ਼ਨ ਸਭ ਤੋਂ ਪਹਿਲੇ ਅਸੀਂ ਇੰਟੈਲੀਜੈਂਸ ਅਸਿਸਟੈਂਟ ਕਾਡਰ ਦੀ ਗੱਲ ਕਰੀਏ RAM nal ਸੁਣ ਲੋ ਗ੍ਰੈਜੂਏਟ ਹੋਣਾ ਚਾਹੀਦਾ ਤੁਹਾਨੂੰ ਇੰਟੈਲੀਜੈਂਸ ਜਿੱਦਾਂ ਸਬ ਇੰਸਪੈਕਟਰ 'ਚ ਵੀ ਅਸੀਂ ਦੇਖਿਆ ਕਿ ਕੰਪਿਊਟਰ ਵਾਲੀ ਜਿਹੜੀ ਐਲੀਜੀਬਿਲਟੀ ਉਹ ਚਾਹੀਦੀ ਹੈ ਇਹਦੇ 'ਚ ਵੀ ਸੇਮ ਹੈਗਾ ਬੱਚੇ ਕਿ ਇਹ ਤਾਂ ਸਿੰਪਲ ਗ੍ਰੈਜੂਏਟ ਹੈਗੇ ਤੁਸੀਂ ਤਾਂ ਤੁਹਾਡੇ ਕੋਲ ਜਿਹੜਾ ਉਹ ਡੋਏਕ ਵਾਲਾ ਜਿਹੜਾ ਇੱਕ ਜਿਹੜਾ ਸਰਟੀਫਿਕੇਟ ਹੈਗਾ ਓ ਲੈਵਲ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਜੇ ਤੱਕ ਸਿੰਪਲ ਤੁਸੀਂ ਬੀਏ ਵਗੈਰਾ ਕੀਤੀ ਹੈ ਇਹ ਹੋਣਾ ਜ਼ਰੂਰੀ ਆਦਰਵਾਈ ਤੁਸੀਂ ਐਲੀਜੀਬਲ ਨਹੀਂ ਹੋ ਜਾਂ ਫਿਰ ਗ੍ਰੈਜੂਏਟ ਹੋਣੇ ਚਾਹੀਦੇ ਤੁਸੀਂ ਕੰਪਿਊਟਰ ਸਾਇੰਸ ਚ ਕੰਪਿਊਟਰ ਐਪਲੀਕੇਸ਼ਨ ਜਾਂ ਇਨਫੋਰਮੇਸ਼ਨ ਟੈਕਨੋਲੋਜੀ ਇਹ ਸਬਜੈਕਟ ਜਿਹੜਾ ਹੈ ਇਦਾਂ ਕਈ ਬੱਚੇ ਕਹਿੰਦੇ ਮੈਂ ਬੀਏ ਫਸਟイヤー ਚ ਪੜਿਆ ਸੀਗਾ ਬੇਟਾ ਇਹ ਇਲੈਕਟਿਵ ਸਬਜੈਕਟ ਚਾਹੀਦਾ ਹੈਗਾ ਤਿੰਨਾ ਸਾਲ ਤੁਸੀਂ ਪੜਿਆ ਹੋਣਾ ਚਾਹੀਦਾ ਇਹ ਕੰਪਿਊਟਰ ਵਾਲਾ ਸਬਜੈਕਟ ਤਾਂ ਤੁਸੀਂ ਐਲੀਜੀਬਲ ਹੋ ਜੇ ਇਹ ਵੀ ਹੈ ਨਹੀਂ ਤੁਹਾਡੇ ਕੋਲ ਫਿਰ ਤੁਸੀਂ ਬੀਐਸਸੀ ਕੀਤੀ ਹੈ ਬੀਟੈਕ ਕੀਤੀ ਹੈ ਜਾਂ ਬੀਈ ਕੀਤੀ ਹੈ ਕਿਦੇ ਚ ਇਨਫੋਰਮੇਸ਼ਨ ਟੈਕਨ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਇਨਫੋਰਮੇਸ਼ਨ ਸਿਸਟਮ ਐਂਡ ਕੰਪਿਊਟਰ ਨੈਟਵਰਕ ਡਾਟਾ ਸਾਇੰਸ অর ਸੌਫਟਵੇਅਰ ਇੰਜੀਨੀਅਰ অর ਬੀਸੀਏ ਕਿੱਤੀ ਹੈ ਯਾ ਫਿਰ ਤੁਸੀਂ ਕੀਤਾ ਮੰਨ ਲਓ ਤੁਸੀਂ ਸਿੰਪਲ ਬੀਏ ਕੀਤੀ ਹੈਗੀ ਧਿਆਨ ਨਾਲ ਸੁਣੋ ਜੇ ਸਿੰਪਲ ਤੁਸੀਂ ਬੀਏ ਕੀਤੀ ਹੈ ਤੇ ਪੀਜੀ ਡੀਸੀਏ ਕੀਤਾ ਦੇਖੋ ਕਈ ਵਾਰੀ ਨਾ ਅੱਜਕਲ ਕਾਲਜਾਂ ਦੇ ਪੀਜੀ ਡੀਸੀਏ ਦੀ ਡਿਗਰੀ ਹੁੰਦੀ ਹੈ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਫਰਮ ਅ ਰਿਕੋਗਨਾਈਜ਼ਡ ਯੂਨੀਵਰਸਿਟੀ অর ਇੰਸਟੀਟਿਊਸ਼ਨ ਇਹ ਪ੍ਰਾਈਵੇਟ ਵਾਲਾ ਨਹੀਂ ਚੱਲਣਾ ਮਤਲਬ ਜਿਹੜੀ ਰਿਕੋਗਨਾਈਜ਼ ਹੁੰਦਾ ਪੀਜੀ ਡੀਸੀਏ ਲਿਖਿਆ ਹੋਣਾ ਚਾਹੀਦਾ ਇੱਕ ਸਾਲ ਦਾ ਕੰਪਿਊਟਰ ਸਰਟੀਫਿਕੇਟ ਨਹੀਂ ਚਾਹੀਦਾ ਪੀਜੀ ਡੀਸੀ ਆ ਤੁਹਾਡੇ ਸਰਟੀਫਿਕੇਟ ਦੇ ਉੱਤੇ ਲਿਖਿਆ ਹੋਣਾ ਚਾਹੀਦਾ ਪੀਜੀ ਡੀਸੀਏ ਤੁਸੀਂ ਕੀਤੀ ਹੈ ਫਿਰ ਤੁਸੀਂ ਸਿੰਪ ਕਾਡਰ ਦੀ ਪੋਸਟ ਆ ਗਈ ਹੈ ਇਹਦੇ ਵਾਸਤੇ ਬੇਟਾ ਤੁਸੀਂ ਕੁਝ ਨਹੀਂ ਕਰਨਾ ਸਿੰਪਲ ਗ੍ਰੈਜੂਏਟ ਤੁਸੀਂ ਹੋਗੇ ਨੰਬਰ ਨੰਬਰਾਂ ਦਾ ਕੋਈ ਚੱਕਰ ਨਹੀਂ ਹੈ 45 50 55 ਦਾ ਸਿੰਪਲ ਗ੍ਰੈਜੂਏਟ ਚਾਹੀਦੇ ਆ ਜੀ ਠੀਕ ਹੈ ਜੀ ਤੇ ਇਹ ਜਿਹੜੀ ਕੁਆਲੀਫਿਕੇਸ਼ਨ ਹੈ ਆਨਲਾਈਨ ਜਿਹੜੀ ਲਾਸਟ ਡੇਟ ਹੈ ਤੁਹਾਨੂੰ ਮੈਂ ਪਹਿਲੇ ਹੀ ਦੱਸਤਾ ਕਿ 16 ਅਗਸਤ ਨੂੰ ਤੁਹਾਡੀ ਕੁਆਲੀਫਿਕੇਸ਼ਨ ਕੰਪਲੀਟ ਹੋਣੀ ਚਾਹੀਦੀ ਹੈ ਤੁਸੀਂ ਪੇਪਰ ਦਿੱਤਾ ਹੈ ਉਹ ਤੁਹਾਡਾ ਰਿਜ਼ਲਟ ਨਹੀਂ ਆਇਆ ਹੈ ਰਿਜ਼ਲਟ 16 ਅਗਸਤ ਤੋਂ ਪਹਿਲੇ ਨਹੀਂ ਆਇਆ ਤਾਂ ਤੁਸੀਂ ਪੇਪਰ ਨਹੀਂ ਦੇ ਸਕਦੇ 16 ਅਗਸਤ ਤੱਕ ਤੁਹਾਡਾ ਆ ਗਿਆ ਮਾਰਕਸ਼ੀਟ ਵਗੈਰਾ ਤੁਸੀਂ ਅਪਲੋਡ ਕਰਨੀ ਹੈ ਚਲੋ ਜੀ ਆਪਾਂ ਅੱ ਹਾਂਜੀ ਇਹ ਵੀ ਬਾਹਰ ਦੇ ਬੱਚੇ ਪੁੱਛਦੇ ਰਹਿੰਦੇ ਬਾਰੀ-ਬਾਰੀ ਸਰ ਅਸੀਂ ਪੰਜਾਬੀ ਨਹੀਂ ਪੜ੍ਹੀ ਅਸੀਂ ਪੇਪਰ ਦੇ ਸਕਦੇ ਹਾਂ ਜੀ ਬਾਹਰ ਦੇ ਸਕਦੇ ਐ ਬੇਟਾ ਬਾਅਦ ਜਿਹੜੇ ਹਨ ਸਿਰਫ ਡਿਫੈਂਸ ਵਾਰਡ ਆਫ ਡਿਫੈਂਸ ਸਰਵਿਸਿਜ਼ ਕਿਉਂਕਿ ਜਿਹੜੇ ਡਿਫੈਂਸ ਵਾਲੇ ਹੁੰਦੇ ਆਂ ਕਈ ਵਾਰੀ ਮੰਨ ਲਓ ਉਹਨਾਂ ਦੀ ਪੋਸਟਿੰਗ ਬਾਹਰ ਹੁੰਦੀ ਆ ਉਹਨਾਂ ਦੇ ਬੱਚਿਆਂ ਨੂੰ ਜਿਹੜੀ ਬਾਅਦ ਪੰਜਾਬੀ ਕਰ ਸਕਦੇ ਬਾਕੀ ਤੁਸੀਂ ਜੋ ਪੰਜਾਬ ਤੋਂ ਬਿਲੋਂਗ ਕਰਦੇ ਹੋ ਕਿਸੀ ਹੋਰ ਸਟੇਟ ਤੋਂ ਬਿਲੋਂਗ ਕਰਦੇ ਹੋ ਤੁਸੀਂ ਡਿਫੈਂਸ ਸਰਵਿਸਿਜ਼ ਤੋਂ ਨਹੀਂ ਬਿਲੋਂਗ ਕਰਦੇ ਹੋ ਤਾਂ ਤੁਹਾਨੂੰ 10th ਜਿਹੜੀ ਪੰਜਾਬੀ ਹੈਗੀ ਹੈ ਇਹ ਹੋਣੀ ਚਾਹੀਦੀ ਹੈ ਲਾਸਟ ਡੇਟ ਤੋਂ ਪਹਿਲੇ-ਪਹਿਲੇ ਇਲੈਕਟ ਉਸ ਤੋਂ ਬਾਅਦ ਆ ਗਿਆ ਐਪਲੀਕੇਸ਼ਨ ਫੀ ਦੀ ਗੱਲ ਕਰੀਏ ਉਹੀ ਜਨਰਲ ਦੀ 1000 ਹੈਗੀ ਐ ਐਕ ਸਰਵਿਸਮੈਨ ਦੀ ਜਿਹੜੀ ਹੈ ਆਪਣਾ 400 ਹੈਗੀ ਐ ਐਸ ਸੀ ਐਸਟੀ ਵਾਰੇ ਜਿਹੜੀ ਐ ਆਪਣਾ 올 ਸਟੇਟਸ ਐਂਡ ਬੈਕਵਰਡ ਕਲਾਸਸ ਲੋ ਪੰਜਾਬ ਸਟੇਟ ਉਹ ਇਨਾਂ ਸਾਰਿਆਂ ਵਾਸਤੇ 550 ਹੈ ਈ ਡਬਲਯੂ ਐਸ ਵਾਸਤੇ ਵੀ 550 ਹੈ ਸਾਰੀਆਂ ਕਾਮਨ ਗੱਲਾਂ ਇਹ ਪਹਿਲੇ ਵੀ ਸੇਮ ਸੀਗੀਆਂ ਸਿਲੈਕਸ਼ਨ ਪ੍ਰੋਸੈਸ ਉਹੀ ਹੈਗਾ ਜੀ ਪਹਿਲੇ ਬੇਟਾ ਰਿਟਨ ਟੈਸਟ ਹੈਗਾ ਉਸ ਤੋਂ ਬਾਅਦ ਜਿਹੜਾ ਡਾਕੂਮੈਂਟਰੀ ਇਸ ਸਕਰਟਨੀ ਹੋਣੀ ਹੈ ਫਿਰ ਫਿਜ਼ੀਕਲ ਮੈਜ਼ਰਮੈਂਟ ਹੋਣਾ ਹੈ ਫਿਜ਼ੀਕਲ ਸਕਰੀਨਿੰਗ ਹੋਣੀ ਹੈ ਹਾਂਜੀ ਇਹਦੇ ਚ ਥੋੜਾ ਫਿਜ਼ੀਕਲ ਮੈਜ਼ਰਮੈਂਟ ਜਾਂ ਸਕਰੀਨਿੰਗ ਦੇ ਜਿਹੜੇ ਰਿਲੈਕਸੇਸ਼ਨ ਰੂਲਸ ਹੈਗੇ ਉਹ ਅਸੀਂ ਡਿਸਕਸ ਕਰਾਂਗੇ ਜਰੂਰ ਦੇਖੋ ਕਿਉਂਕਿ ਕਈ ਪਹਿਲੇ ਹਾਈਟ ਵਗੈਰਾ ਜ਼ਿਆਦਾ ਸੀਗੀ ਤੇ ਇਹ ਦੋਨੋਂ ਜਿਹੜੇ ਫਿਜ਼ੀਕਲ ਮੈਜ਼ਰਮੈਂਟ ਤੇ ਫਿਜ਼ੀਕਲ ਸਕਰੀਨਿੰਗ ਹੈ ਉਹ ਬੇਟਾ ਦੋਨੋਂ ਕੁਆਲੀਫਾਈ ਹੋਏਗਾ ਜਿਹੜੀ ਫਾਈਨਲ ਮੈਰਿਟ ਬੰਨੀ ਹੈ ਉਹ ਸਿਰਫ ਰਿਟਨ ਟੈਸਟ ਦੇ ਬੇਸ ਤੇ ਬੰਨੀ ਹੈ ਜਿੱਦਾਂ ਬਾਕੀ ਪੇਪਰਾਂ ਚ ਹੋ ਰਿਹਾ ਚਲੋ ਜੀ ਉਸ ਤੋਂ ਬਾਅਦ ਕੰਪਿ ਮਤਲਬ ਆਨਲਾਈਨ ਪੇਪਰ ਹੋਊਗਾ ਕੰਪਿਊਟਰ ਦੇ ਉੱਤੇ ਤੁਸੀ ਦੇਣਾ ਪੰਜਾਬੀ ਇੰਗਲਿਸ਼ ਮੀਡੀਅਮ ਦੋਨਾਂ ਚਾਊਗਾ ਅਲੱਗ-ਅਲੱਗ ਡੇਟਾ ਤੇ ਪੇਪਰ ਹੋਊਗਾ ਤੇ ਉਹਦੀ ਉਹੀ ਸਰੀਮ ਨਾਰਮਲਾਈਜੇਸ਼ਨ ਜਿਹੜਾ ਸਿਸਟਮ ਹੁੰਦਾ ਉਹ ਸਾਰਾ ਹੋਊਗਾ ਉਸ ਤੋਂ ਬਾਅਦ ਅਸੀਂ ਸਿਲੇਬਸ ਦੇਖੀਏ ਟੋਟਲ 3 ਘੰਟੇ ਦਾ ਪੇਪਰ ਮਤਲਬ ਦੇਖੋ 180 ਮਿੰਟ ਮਿਲਣਗੇ ਤੇ ਨੰਬਰ ਆਫ ਕੁਐਸਚਨ ਹੋਣਗੇ 150 150 ਜਨਰਲ ਵਿਅਨਸ ਉਹੀ ਆ ਗਿਆ ਇੰਡੀਅਨ ਕੰਸਟੀਟਿਊਸ਼ਨ ਫੀਚਰ ਸੈਂਟਰਲ ਸਟੇਟ ਲੈਜਿਸਲੇਸ਼ਨ ਠੀਕ ਹੈ ਹਿਸਟਰੀ ਆ ਗਈ ਜੀਓਗ੍ਰਾਫੀ ਕਲਚਰ ਇਕਨੋਮੀ ਸਭ ਕੁਝ ਆ ਗਿਆ ਸਾਇੰ ਇਦੇ ਚ ਦੇਖੋ ਸਾਰਾ ਉਹੀ ਹੈਗਾ ਬੇਟਾ ਇਹ ਸਿਰਫ ਨਾ ਇੱਕ ਜਰਨਲ ਹੁੰਦਾ ਹੈ ਇਹ ਨਹੀਂ ਕਿ ਤੁਸੀਂ ਇੱਥੇ ਮੰਨ ਲਓ ਇਹ 10 ਚੈਪਟਰ ਲਿਖੇ 10 ਚੈਪਟਰ ਹੀ ਪੜਨੇ ਆ ਇਹਦੇ ਲਾਵਾ ਬਾਕੀ ਵੀ ਪੜਨਾ ਹੁੰਦਾ ਸਾਰਾ ਮਤਲਬ ਮੈਥ ਦੇ ਜਿਹੜੇ ਚੈਪਟਰ ਨਹੀਂ ਵੀ ਦੇ ਰੱਖੇ ਉਹ ਵੀ ਪੜਨੇ ਹੁੰਦੇ ਆ ਮੈਂਟਲ ਐਂਡ ਲੌਜੀਕਲ ਅਬਿਲਟੀ ਵੀ ਉਹ 3 ਨੰਬਰ ਦੀ ਆ ਗਈ ਉਸ ਤੋਂ ਬਾਅਦ ਇੰਗਲਿਸ਼ ਲੈਂਗੁਏਜ ਤੇ ਉਹ ਜਿਹੜੀ 10 ਨੰਬਰ ਦੀ ਹੈਗੀ ਪੰਜਾਬੀ ਵੀ 10 ਨੰਬਰ ਦੀ ਹੈ ਤੇ ਕੰਪਿਊਟਰ ਫੇਰ ਉਹੀ ਜ਼ਿਆਦਾ ਕੰਪਿਊਟਰ ਵੀ 3 ਨੰਬਰ ਦਾ ਮਤਲਬ ਕੰਪਿਊਟਰ ਦੀ ਬੇਟੇ ਜਿਹੜੀ ਆ ਕਿਉਂਕਿ ਇੰਟੈਲੀਜੈਂਸ ਹੈ ਕੰਪਿਊਟਰ ਇਹ ਸਾਰਾ ਦੇਖੋ ਇੰਟਰਨੈਟ वर्ल्ड वाइड ਵੈਬ ਵੈਬ ਸਰਚ ਇੰਜਨ ਸੋਸ਼ਲ ਨੈਟਵਰਕਿੰਗ ਵੀਡੀਓ ਫੋਟੋ ਸ਼ੇਅਰਿੰਗ ਈਮੇਲ ਕਮਿਊਨੀਕੇਸ਼ਨ ਮੋਬਾਈਲ ਫੋਨ ਬੇਸਿਕ ਕਨਸੈਪਟ ਇਹ ਬੇਸਿਕਲੀ ਸਭ ਇਨਸਪੈਕਟਰ ਦੇ ਪੇਪਰ ਚ ਵੀ ਇਹੀ ਸਿਲੇਬਸ ਹੈਗਾ ਪਰ ਬੇਸਿਕਲੀ ਤੁਸੀਂ ਸਾਰਾ ਕੰਪਿਊਟਰ ਪੜ੍ਹ ਕੇ ਜਾਣਾ ਇਹ ਨਹੀਂ ਇਹਦੇ ਚ ਮੰਨ ਲਓ ਐਮ ਐਸ ਵਰਡ ਨਹੀਂ ਲਿਖਿਆ ਜਾਂ ਕੋਈ ਪਾਰਟਿਕੂਲ ਐਕਸਲ ਨਹੀਂ ਲਿਖਿਆ ਤਾਂ ਤੁਸੀਂ ਨਹੀਂ ਕਰਕੇ ਜਾਣਾ ਕੰਪਿਊਟਰ ਸਾਰਾ ਕਰਨਾ ਹੁੰਦਾ ਹੈ ਠੀਕ ਹੈ ਜੀ ਤੇ ਇਹ ਹੋ ਗਿਆ ਤੁਹਾਡਾ ਟੋਟਲ ਪੇਪਰ ਦਾ ਸਿਲੇਬਸ ਆ ਗਿਆ ਉਸ ਤੋਂ ਬਾਅਦ 네ਗਟਿਵ ਮਾਰਕਿੰਗ ਸਭ ਤੋਂ ਵੱਡੀ ਖੁਸ਼ਖਬਰੀ ਕਿ 네ਗਟਿ ਠੀਕ ਹੈ ਨਾਰਮਲਾਈਜੇਸ਼ਨ ਹੋਏਗੀ ਤੁੱਕਾ ਬਾਰੇ ਮਤਲਬ ਚਾਂਸ ਹੈਗਾ ਮਤਲਬ ਗਲਤ ਵੀ ਹੋ ਜਾਂਦੇ ਹੁੰਦੇ ਤੁੱਕੇ ਕਹਿੰਦੇ ਕਿਸਮਤ ਮਾੜੀ ਹੋਵੇ ਨਾ ਤਾਂ ਫਿਰ ਉਹ ਜਿਹੜਾ ਠੀਕ ਕਰੋ ਉਹ ਵੀ ਗਲਤ ਹੋ ਜਾਂਦਾ ਇਸ ਕਰਕੇ ਤੁਸੀਂ ਤਿਆਰੀ ਕਰਨੀ ਹੈ ਤੁੱਕੇ ਤੇ ਵਿਸ਼ਵਾਸ ਨਹੀਂ ਕਰਨਾ ਉਸ ਤੋਂ ਬਾਅਦ ਬੇਟਾ ਆ ਗਿਆ ਤੁਹਾਡਾ ਫਿਜ਼ੀਕਲ ਸਟੈਂਡਰਡ ਇੰਟੈਲੀਜੈਂਸ ਕਾਡਰ ਵਾਸਤੇ ਦੇਖੋ 5 ਫੁੱਟ 5 ਇੰਚ ਹਾਈਟ ਹੈਗੀ ਹੈ 5 ਫੁੱਟ 5 ਇੰਚ ਦੋਨਾਂ ਵਾਸਤੇ ਤੇ ਫੀਮੇਲ ਵਾਸਤੇ 5 ਫੁੱਟ 8 ਇੰਚ ਹੈਗੀ ਹੈ ਠੀਕ ਹੈ ਇੰਟੈਲੀਜੈਂਸ ਵਾਸਤੇ ਵੀ ਤੇ ਇਨਵੈਸਟੀਗੇਸ਼ਨ ਵਾਸਤੇ ਵੀ ਫਿਜ਼ੀਕਲ ਸਕਰੀਨਿੰਗ ਦੀ ਗੱਲ ਕਰੀਏ ਮੇਲ 800 ਮੀਟਰ ਦੀ ਦੌੜ ਤੁਸੀਂ ਦੌੜਨੀ ਹੈ 4 ਮਿੰਟ ਚੋਂ ਲਈ ਇੱਕ ਚਾਂਸ ਮਿਲੂਗਾ ਲੌਂਗ ਜੰਪ 2.75 ਮੀਟਰ ਤਿੰਨ ਚਾਂਸ ਮਿਲਣਗੇ ਹਾਈ ਜੰਪ 0.9 ਮੀਟਰ ਤਿੰਨ ਚਾਂਸ ਮਿਲਣਗੇ ਐਕਸਰਸਾਈਜ਼ਮੈਨ ਮੇਲ ਕੈਂਡੀਡੇਟ 35 ਸਾਲ ਐਂਡ ਅਬਵ 800 ਮੀਟਰ ਦੀ ਦੌੜ ਦੌੜਨੀ ਹੈ ਤੁਸੀਂ 6 ਮਿੰਟ ਚ ਤੇ ਫੀਮੇਲ ਕੈਂਡੀਡੇਟ ਵਾਸਤੇ ਕੁੜੀਆਂ ਵਾਸਤੇ ਜਿਹੜਾ 400 ਮੀਟਰ ਦੀ ਦੌੜ ਬੇਟਾ ਤੁਸੀਂ ਦੌੜਨੀ ਹੈ 2 ਮਿੰਟ ਚੋਂ ਲਈ 400 ਮੀਟਰ ਵਿੱਚ 2 ਮਿੰਟ ਚ ਹੋ ਗਿਆ ਮਤਲਬ ਆਲਮੋਸਟ ਤੁਸੀਂ ਰੱਖ ਲਓ ਇਹਨਾਂ ਨੂੰ 800 ਮੀਟਰ 4 ਮਿੰਟs ਹੈਗੀ ਤੁਹਾਨੂੰ 400 ਮੀਟਰ 2 ਮਿੰਟs ਹੈਗੀ ਬਰਾਬਰ ਹੈਗਾ ਮਤਲਬ ਕੋਈ ਉਹ ਨਹੀਂ ਹੈਗੀ ਕਿ ਤੁਹਾਨੂੰ ਕੋਈ ਰਿਲੈਕਸੇਸ਼ਨ ਮਿਲ ਗਈ ਹੈ ਲੌਂਗ ਜੰਪ 1.80 ਮੀਟਰ ਇਹਦੇ ਥੋੜੀ ਰਿਲੈਕਸੇਸ਼ਨ ਹੈਗੀ ਹੈ ਹਾਈ ਜੰਪ ਜਿਹੜਾ 0.75 ਮੀਟਰ ਹੈ ਮਤਲਬ ਮੇਲ ਫੀਮੇਲ 'ਚ ਇੱਥੇ ਥੋੜਾ ਡਿਫਰੈਂਸ ਹੈਗਾ ਦੌੜ ਜਿਹੜੀ ਉਹ ਬਰਾਬਰੀ ਤੁਹਾਨੂੰ ਮੇਲ ਦੇ ਅੱਗੇ ਬਰਾਬਰੀ ਦੌੜਨੀ ਪੈਣੀ ਹੈ ਤੇ ਇਹ ਫਿਜ਼ੀਕਲ ਸਕਰੀਨਿੰਗ ਤੇ ਫਿਜ਼ੀਕਲ ਸਟੈਂਡਰਡ ਜਿਹੜੇ ਹੈ ਇਹ ਦੋਨੋਂ ਬੇਟਾ ਕੁਆਲੀਫਾਈਂਗ ਹੈਗੇ ਇਹਦੇ 'ਚ ਨਹੀਂ ਹੈ ਕਿ ਇਹ ਕੋਈ ਮੈਰਿਟ ਬੰਨੀ ਹੈ ਉਸ ਤੋਂ ਬਾ ਜੇ ਕੋਈ ਤੁਹਾਡਾ ਡਾਊਟ ਹੈਗਾ ਹੁਣ ਸਰ ਜਿਹੜਾ ਆਨਲਾਈਨ ਪੇਪਰ ਭਰਨਾ ਹੈ ਉਹ ਪੰਜਾਬ ਪੁਲਿਸ ਦੀ ਸਾਈਟ ਤੇ ਮੈਂ ਪਹਿਲੇ ਪੇਜ ਤੇ ਤੁਹਾਨੂੰ ਦੱਸਤਾ ਸੀਗਾ ਤੁਸੀਂ ਜਿਹੜੀ ਤਿਆਰੀ ਹੈ ਡੱਟ ਕੇ ਰੱਖੋ ਆਪਣੀ ਜੇ ਕੋਚਿੰਗ ਲੈਣਾ ਚਾਹੁੰਦੇ ਹੋ ਕੋਚਿੰਗ ਲੈ ਕੇ ਕਰ ਲਓ ਨੋਟਸ ਤੋਂ ਕਰਨਾ ਚਾਹੁੰਦੇ ਹੋ ਨੋਟਸ ਤੋਂ ਲੈ ਲਓ ਸੈਲਫ ਸਟੱਡੀ ਕਰਨਾ ਚਾਹੁੰਦੇ ਹੋ ਸੈਲਫ ਸਟੱਡੀ ਕਰ ਲਓ ਬ੍ਰਾਈਟ ਅਕੈਡਮੀ ਦੇ ਜਿੰਨੇ ਵੀ ਸੈਂਟਰ ਹੈਗੇ ਆ ਚਾਹੇ ਉਹ ਪਟਿਆਲਾ ਹੈਗਾ ਸੰਗਰੂਰ ਲੁਧਿਆਣਾ ਜਲੰਧਰ ਮੋਹਾਲੀ ਚੰਡੀਗੜ੍ਹ ਗੁਰਦਾਸਪੁਰ ਸਾਰੇ ਜਿਹੜੇ ਆ ਤੁਹਾਡੇ ਵਾਸਤੇ ਜਿਹੜੀ ਹੈ ਤਿਆਰੀ ਕਰਾਉਣ ਵਾਸਤੇ ਤਿਆਰ ਹੈਗੇ ਆ ਅਸੀਂ ਤੇ ਆਪਣਾ ਜੇ ਤੁਸੀਂ ਆ ਆਪਣਾ ਵੀਡੀਓ ਕੋਰਸਸ ਖਰੀਦਣਾ ਚਾਹਦੇ ਹੋ ਵੀ ਤੁਸੀਂ ਖਰੀਦ ਸਕਦੇ ਹੋ ਜੋ ਤੁਸੀਂ ਨੋਟਸ ਲੈਣਾ ਚਾਹੁੰਦੇ ਹੋ ਨੋਟਸ ਲੈ ਸਕਦੇ ਹੋ ਕੋਈ ਵੀ ਡਾਊਟ ਹੈਗਾ ਤੁਸੀਂ ਸਾਡੇ ਨੰਬਰ ਜਿਹੜਾ ਮੇਨ ਹੈਲਪਲਾਈਨ ਨੰਬਰ ਹੈਗਾ 9998 44220 ਇਸ ਨੰਬਰ ਤੇ ਤੁਸੀਂ ਵਟਸਐਪ ਕਰਕੇ ਸਾਨੂੰ ਜਾਂ ਕਾਲ ਕਰਕੇ ਪੁੱਛ ਸਕਦੇ ਹੋ ਸੋ ਥੈਂਕ ਯੂ ਵੈਰੀ ਮਚ ਬੇਟਾ ਹੁਣ ਡੱਟ ਕੇ ਜਿਹੜੀ ਉਹ ਤਿਆਰੀ ਕਰੋ ਤੇ ਪੇਪਰ ਜਿਹੜਾ ਇਸ ਵਾਰੀ ਪਾਸ ਕਰੋ ਤੇ ਮਾਪਿਓ ਦਾ ਨਾਮ ਰੋਸ਼ਨ ਕਰੋ ਸੋ ਥੈਂਕ ਯੂ ਵੈਰੀ ਮਚ ਗੋਡ ਬles ਯੂ ਆਲ